ਤੇ ਹੁਣ ਸਿਟੀ ਤੇ ਡਬਲਿਨ ਸਿਟੀ ਤੋਂ ਮੈਂ ਬੱਸ ਫੜਨੀ ਆ ਕੋਰਕ ਲਈ ਤੇ ਵਾਪਸ ਆਉਣਾ ਹੈ ਟ੍ਰੇਨ ਦੇ ਵਿੱਚ। ਸੋ ਅੱਜ ਦਾ ਪੂਰਾ ਦਿਨ ਟਰੈਵਲ ਦੇ ਵਿੱਚ ਆ। ਬ੍ਰੇਕਫਾਸਟ ਤਾਂ ਕੀਤਾ ਨਹੀਂ ਹੈਗਾ ਕਿਉਂਕਿ ਬ੍ਰੇਕਫਾਸਟ ਇਹਦੇ ਵਿੱਚ ਇੰਕਲੂਡ ਆ, ਬਟ 7:30 ਓਪਨ ਹੋਣਾ ਹੈ ਅਤੇ ਹਲੇ 6 ਵਜੇ ਅਤੇ 6:30 ਬੱਸ ਆ, ਅਤੇ ਮੈਂ ਪਹਿਲੀ ਬੱਸ ਫੜ ਕੇ ਹੀ ਕੋਰਕ ਨੂੰ ਨਿਕਲ ਜਾਣਾ। ਅਤੇ ਰਾਜ ਦੇਖਦਾ ਜੇ ਕੋਈ ਕੌਫੀ ਕੂਫੀ ਮਿਲਦੀ ਹੈ ਤਾਂ ਕੌਫੀ ਲੈ ਕੇ ਨਿਕਲਦੇ ਹਾਂ। ਅਤੇ ਹੁਣ ਚੜ੍ਹ ਗਿਆ ਸੂਰਜ, 8:30 ਹੋ ਗਏ ਆ ਅਤੇ ਸਵੇਰ ਦੇ 6:30 ਵਜੇ ਦੇ ਤੁਰੇ ਹੋ। 6:30 ਵਜੇ ਪਹਿਲੀ ਬੱਸ ਸੀਗੀ ਡਬਲਿਨ ਤੋਂ ਕੋਰਕ ਲਈ, ਅਤੇ 3 ਘੰਟੇ ਦੀ 3 ਘੰਟੇ ਦਾ ਰਸਤਾ ਆ ਇਹ। 20 ਯੂਰੋ ਦੀ ਟਿਕਟ ਸੀਗੀ ਅਤੇ ਮੇਰਾ ਪਲੈਨ ਇਹ ਸੀਗਾ ਵੀ ਮੈਂ ਬੱਸ ਦੇ ਨਾਲ ਬੱਸ ਵਿੱਚ ਡਬਲਿਨ ਤੋਂ ਕੋਰਕ ਜਾਊਂਗਾ ਅਤੇ ਵਾਪਸ ਟ੍ਰੇਨ ਦੇ ਵਿੱਚ ਆਊਂਗਾ ਤਾਂ ਕਿ ਕੰਟਰੀ ਸਾਈਡ ਦਾ ਏਰੀਆ ਦੇਖ ਲਵਾਂ। ਅਤੇ ਰਾਸਤੇ ਦੇ ਵਿੱਚ ਬਸ ਗ੍ਰੀਨਰੀ ਬਹੁਤ ਜ਼ਿਆਦਾ ਹੈ। ਆਹ ਬੱਸ ਆ ਇਹਦੇ ਵਿੱਚ ਮੈਂ ਆਇਆ ਸੀਗਾ ਅਤੇ ਮੀਂਹ ਪੈਂਦਾ ਇੱਥੇ, ਅਤੇ ਹੁਣ ਆਪਣਾ ਪਹਿਲਾ ਕੰਮ ਹੈਗਾ ਹੈ ਕਿ ਆਪਾਂ ਲੱਭਣੀ ਹੈ ਸ਼ੇਡ ਜਿੱਥੇ ਖੜਿਆ ਜਾਵੇ, ਅਤੇ ਉਹ ਤੋਂ ਬਾਅਦ ਅਗਲੀ ਚੀਜ਼ ਆ ਕਿ ਆਪਾਂ ਲੱਭਣੀ ਹੈ ਇੱਕ ਕੌਫੀ ਸ਼ੋਪ, ਕੌਫੀ ਪੀਤੀ ਜਾਵੇ ਜਾਂ ਬ੍ਰੇਕਫਾਸਟ ਕੁਛ ਕੀਤਾ ਜਾਵੇ। ਹੁਣ ਦੇਖਣਾ ਪੈਣਾ ਸਿਟੀ ਸੈਂਟਰ ਕਿੱਧਰ ਆ, ਕਿੱਧਰਲੇ ਪਾਸੇ ਸਿਟੀ ਆ, ਅਤੇ ਸਾਹਮਣੇ ਹੈਗਾ ਬ੍ਰਿਜ ਸੇਮ ਜਿੱਦਾਂ ਨਾ ਡਬਲਿਨ ਆ, ਉੱਦਾਂ ਹੀ ਇਹ ਆ ਜਿੱਦਾਂ ਡਬਲਿਨ ਦੇ ਗੱਬੇ ਇੱਕ ਰਿਵਰ ਜਿਹਾ ਜਾਂਦਾ ਆ ਅਤੇ ਦੋਨੇ ਪਾਸੇ ਸਿਟੀ ਆ, ਅਤੇ ਇੱਥੇ ਵੀ ਇਹੀ ਸਿਸਟਮ ਆ। ਆ ਗਿਆ ਰਿਵਰ, ਬ੍ਰਿਜ ਦੇ ਦੋਨੇ ਪਾਸੇ ਸਿਟੀ, ਅਤੇ ਇਹ ਆ ਜੀ ਆਇਰਲੈਂਡ ਦੀ ਸਿਟੀ ਕੋਰਕ, ਅਤੇ ਸਾਹਮਣੇ ਹੈਗਾ ਬੱਸ ਸਟੋਪ। ਇੱਕ ਫਾਇਦਾ ਹੋ ਗਿਆ ਇੱਥੇ ਆ ਕੇ, ਆਪਾਂ ਨੂੰ ਫ੍ਰੀ ਵਾਈਫਾਈ ਮਿਲ ਗਿਆ ਬੱਸ ਸਟੋਪ 'ਤੇ। ਹੁਣ ਆਪਾਂ ਇੱਥੇ ਕਿਆ ਕਰਨਾ, ਮੈਪ ਡਾਊਨਲੋਡ ਕਰਕੇ ਨਾ ਅਤੇ ਦੇਖਣਾ ਵੀ ਕਿੱਧਰ ਜਾਣਾ ਅਤੇ ਕੀ ਕਰਨਾ, ਸਾਰੇ ਪਲੈਨ ਕਰਨੇ ਫ੍ਰੀ ਵਾਈਫਾਈ ਨਾਲ। ਇੰਨੀ ਜਗ੍ਹਾ ਘੁੰਮਿਆ ਆ ਪਰ ਬਾਥਰੂਮ ਦੇ ਵਿੱਚ ਕੈਮਰੇ ਪਹਿਲੀ ਵਾਰ ਦੇਖੇ ਮੈਂ, ਦੇਖਿਆ ਵੀ ਬਾਥਰੂਮ ਦੇ ਵਿੱਚ ਕੈਮਰੇ ਲਾਏ ਹੋਏ ਇੱਥੇ, ਕਦੇ ਬਾਥਰੂਮ 'ਚ ਕੈਮਰੇ ਨਹੀਂ ਦੇਖੇ। ਬਾਕੀ ਜਿਹੜਾ ਇਹ ਬਾਥਰੂਮ ਦੇ ਵਿੱਚ ਆਉਣ ਲਈ ਨਾ ਆ ਜੁਗਾੜ ਲਾਉਣਾ ਪੈਂਦਾ ਸੀਗਾ, ਆਹੋ ਇਹ 'ਚ ਪੈਸੇ ਪਾਓ ਤਾਂ ਬਗੈਰ ਪੈਸਿਆਂ ਦੇ ਉਹ ਜੁਗਾੜ ਜਿਹਾ ਲਾ ਕੇ ਉਹਨੂੰ ਘੁਮਾ ਕੇ ਬਾਥਰੂਮ ਕੀਤਾ। ਪਾ ਤਾਂ ਦੇਣੇ ਸੀਗੇ 20 ਸੈਂਟ ਪਰ ਉਹ ਖਰਾਬ ਹੋ ਗਿਆ ਸੀਗਾ। ਇੱਕ ਸਮਾਲ ਕੌਫੀ ਲਈ ਆ ਅਤੇ ਮੀਂਹ ਤਾਂ ਹੁਣ ਹੱਟ ਉੱਡ ਗਿਆ। ਇਹ ਹੈਗਾ ਆ ਪਤਾ ਨਹੀਂ ਕਿਹੜੀ ਲੈਂਗੁਏਜ ਲਿਖੀ ਆ, ਆਪਾਂ ਨੂੰ ਸਮਝ ਨਹੀਂ ਲੱਗਦੀ ਲੈਂਗੁਏਜ ਦੀ, ਇੱਥੇ ਆ ਕੇ ਦੇਖਦੇ ਹਾਂ ਪੜ੍ਹ ਕੇ ਕਿਆ ਲਿਖਿਆ ਵਾ। ਇਹ ਚਰਚ ਆ, ਇਹ ਆ ਜੀ ਚਰਚ, ਕਿਆ ਬਾਤਾਂ ਚਰਚ ਦੀਆਂ। ਅਤੇ ਦੇਖੀ ਚੀਜ਼ ਇਹਦੇ ਵਿੱਚ ਨੋਟ ਕਰਨ ਵਾਲੀ ਹੁੰਦੀ, ਜਿਹੜਾ ਚਰਚ ਹੁੰਦਾ ਨਾ ਇਹਦੇ ਆਲ ਵਾਲੇ ਜਿਹੜੇ ਕੋਲੇ ਹੁੰਦੇ ਨਾ ਉਹਨਾਂ ਪਰ ਡਰੈਗਨ ਹੁੰਦੇ ਆ। ਹਾਂਜੀ ਇਹ ਆ ਚਰਚ ਕੋਰਕ ਦੇ ਵਿੱਚ, ਇਹ ਕੀ ਆ ਚਰਚ ਦਾ ਕਿ ਵੈਲਕਮ ਟੂ ਸੈਂਟ ਫਿਨ ਬੈਰੀਸ ਕੈਥੇਡ੍ਰਲ। ਇਹਦੇ ਵਿੱਚ ਸਾਰਾ ਲਿਖਿਆ ਵਾ ਇਕੱਲੇ ਇਕੱਲੇ ਪਿੱਲਰ ਬਾਰੇ, ਜਿੱਦਾਂ ਆ ਨੰਬਰ 4 ਦੇ ਉੱਪਰ ਆ ਅਤੇ 4 'ਤੇ ਬ੍ਰਿਜ ਗਰੂਮ ਉਹ ਸਾਹਮਣੇ, ਅਤੇ ਉੱਪਰ ਡਰੈਗਨ ਆ, ਅਤੇ ਆਹ ਕਬਰਾਂ ਜਿਹੀਆਂ ਆ, ਅਤੇ ਇੱਧਰ ਵੀ ਕਬਰਾਂ ਹੀ ਆ। ਆਹ ਤੇ ਕਬਰਾਂ, ਇਹ ਸਾਰੀਆਂ ਕਬਰਾਂ ਹੀ ਆ, ਸਾਰੇ ਬੰਦੇ ਦਫਨਾਏ ਹੋਏ ਆ ਇੱਥੇ। ਅਤੇ ਇਹਦੇ ਵਿੱਚ ਜਾਣ ਦੀ ਟਿਕਟ ਹੈਗੀ ਆ 6 ਯੂਰੋ। ਦੇਖ ਲਓ ਕਿੰਨਾ ਪੁਰਾਣਾ ਇਹ ਆਰਟ ਵਰਕ ਹੋਊਗਾ, ਕਿੱਦਾਂ ਉਸ ਟਾਈਮ ਬਣਾਇਆ ਹੋਊਗਾ ਇਹਨਾਂ ਨੇ। ਉਹਨੇ ਉੱਧਰ ਨੂੰ ਮੂੰਹ ਕੀਤਾ ਵਾ, ਹੱਥ ਦੇ ਵਿੱਚ ਕੁਛ ਫੜਿਆ ਵਾ, ਹੁਣ ਪਤਾ ਨਹੀਂ ਕੀ ਫੜਿਆ ਵਾ ਜੇ ਆਪਾਂ ਦੇਖਿਆ ਜਾਵੇ। ਅਤੇ ਮੈਨੂੰ ਇੰਨਾ ਪਤਾ ਕਿ ਉਹ ਡਰੈਗਨ ਹਰੇਕ ਚਰਚ ਦੇ ਬਾਹਰ ਹੁੰਦੇ ਆ। ਆਹ ਸਾਰੀਆਂ ਕਬਰਾਂ ਹੀ ਆ ਉੱਪਰ, ਜੇ ਆਪਾਂ ਉੱਪਰ ਜਾ ਕੇ ਦੇਖ ਕੇ ਆਉਂਦੇ ਹਾਂ ਬਾਬੇ, ਸਾਰੀਆਂ ਕਬਰਾਂ ਹੀ ਆ, ਬੰਦੇ ਦਫਨਾਏ ਹੋ ਸਾਰੇ ਆ ਸਾਰੇ ਪਾਸੇ। ਅਤੇ ਇੱਥੋਂ ਦੇਖ ਸਕਦੇ ਹਾਂ ਬੰਦੇ ਆ,
ਕਾਫੀ ਵੱਡਾ ਚਰਚ ਆ। ਆਪਾਂ ਕੋਲ ਤਾਂ ਕਾਹਨੂੰ ਜਾਣਾ ਹੈ, ਵੀ ਕਿਸੇ ਦੀ ਕਬਰ ਆਪਾਂ ਪੈਰ ਕਾਹਨੂੰ ਧਾਰਨਾ, ਦੂਰੋਂ ਦੂਰੋਂ ਠੀਕ ਆ। ਹਾਂ ਕਿਆ ਲਿਖਿਆ ਵਾ, ਹਾਂ ਇਨ ਲਵਿੰਗ ਮੈਮਰੀ ਆਫ ਡੇਵਿਡ ਹੂ ਵਾਜ਼ ਦਿਸ ਲਾਈਫ ਜੂਨ 1864। ਮਹਾਰਾਜ 1864 ਦੇ ਵਿੱਚ ਦੀਆਂ, 1864 ਮਤਲਬ 18ਵੀਂ ਸਦੀ ਦੇ ਪਹਿਲਾਂ ਦਾ ਹੋਊਗਾ ਇਹ। ਇਸ ਹਿਸਾਬੇ ਇੱਕ ਕਬਰ ਤਾਂ ਮਿਲੀ 1864 ਦੀ। ਆਹ ਹੈਗਾ ਇੱਧਰਲੇ ਪਾਸੇ ਤੋਂ ਚਰਚ ਦਾ ਵਿਊ। ਸੋ ਵਾਟ ਯੂਰ ਨੇਮ ਬ੍ਰਦਰ? ਡਨ ਹਾਸਫੋਰਡ, ਨਾਈਸ ਟੂ ਮੀਟ ਯੂ ਬ੍ਰਦਰ। ਨਾਈਸ ਟੂ ਮੀਟ ਯੂ, ਥੈਂਕ ਯੂ ਵੈਰੀ ਮਚ। ਨੋ ਪ੍ਰੋਬਲਮ, ਐਂਡ ਇੰਜੋਏ ਯੋਰ ਸਟੇ ਇਨ ਆਇਰਲੈਂਡ। ਓਕੇ, ਥੈਂਕ ਯੂ। ਓਕੇ, ਯੂ ਡੂਇੰਗ ਰੀਅਲੀ ਗੁੱਡ ਜੋਬ, ਰੀਅਲੀ ਐਪਰੀਸ਼ੀਏਟ ਯੋਰ ਵਰਕ ਬ੍ਰਦਰ। ਯੈਸ, ਥੈਂਕ ਯੂ, ਥੈਂਕਸ ਬੜੇ। ਇਹ ਪ੍ਰਧਾਨ ਇੱਥੇ ਆਪਣੇ ਕਰਦਾ ਸੀਗਾ ਕਲੀਨਿੰਗ, ਅਤੇ ਇਹਦੇ ਨਾਲ ਮੈਂ ਗੱਲਬਾਤ ਕਰਦਾ ਸੀਗਾ, ਅਤੇ ਇਹਨੇ ਮੈਨੂੰ ਦੱਸਿਆ ਕਿ ਇਹ ਜਿਹੜਾ ਕਹਿੰਦਾ ਚਰਚ ਹੈ, ਪਤਾ ਨਹੀਂ ਕਿੰਨਾ ਕੁ ਪੁਰਾਣਾ ਆ, 18ਵੀਂ ਸਦੀ ਤੋਂ ਪਹਿਲਾਂ ਦਾ ਹੋਊਗਾ। ਅਤੇ ਗੱਲਾਂ ਬਾਤਾਂ ਕਰੀ ਗਿਆ, ਅਤੇ ਵਧੀਆ ਬੰਦੇ ਵੀ ਟੱਕਰਦੇ ਆ ਅਰਾਊਂਡ ਦਾ ਵਰਲਡ। ਮੈਂ ਨਾ ਉੱਥੇ ਇੱਕ ਕਾਸਲ ਜਿਹਾ ਦੇਖਿਆ ਸੀਗਾ, ਅਤੇ ਮੈਨੂੰ ਉਹਨੇ ਅੰਦਾਜ਼ਾ ਦਿੱਤਾ, ਹੁਣ ਮੈਂ ਉਹ ਕਾਸਲ ਲੱਭਣ ਚੱਲਿਆ। ਆਹ ਮੈਨੂੰ ਉਹਦੀਆਂ ਕੰਧਾਂ ਲੱਗ ਗਈਆਂ, ਅਤੇ ਆਹ ਹੈ ਰਸਤਾ ਆ। ਕੋਈ ਸਾਈਨ ਬੋਰਡ ਤਾਂ ਹੈ ਨਾ ਸਰ, ਬਟ ਹੋਪਫੁਲੀ, ਅਤੇ ਦੇਖਦੇ ਤਾਂ ਕਿਆ ਹਿਸਾਬ ਕਿਤਾਬ ਆ। ਮੈਨੂੰ ਲੱਗਦਾ ਮੰਜ਼ਿਲ ਦਿਸ ਪਈ, ਆਹੀ ਆ ਮੰਜ਼ਿਲ। ਆਪਾਂ ਇੱਥੇ ਪਹੁੰਚ ਤਾਂ ਗਏ ਸੀਗੇ, ਪਰ ਬੰਦ ਕੀਤਾ ਵਾ, ਕੰਸਟਰਕਸ਼ਨ ਵਰਕ ਚੱਲਦਾ। ਪਰ ਹੋ ਸਕਦਾ ਵੀ ਦੂਜੇ ਪਾਸਿਓਂ ਐਂਟਰੀ ਹੋਵੇ, ਅਤੇ ਆਪਾਂ ਨੂੰ ਦੂਜੇ ਪਾਸਿਓਂ ਵੀ ਟਰਾਈ ਕਰਨਾ ਚਾਹੀਦਾ, ਕਿਉਂਕਿ ਇੱਕ ਬਿਲਡਿੰਗ ਦੇ ਕਈ ਰਾਹ ਹੁੰਦੇ ਆ। ਹੁਣ ਧੁੱਪ ਨਿਕਲਿਆ ਹੀ ਆ, ਅਤੇ ਹੁਣ ਹੋਇਆ ਮੌਸਮ ਜੀ ਵਧੀਆ ਪਟਾਕੇ ਵਾਲਾ। ਅਤੇ ਜਿੱਦਾਂ ਦੇਖ ਸਕਦੇ ਹਾਂ, ਜਿਹੜਾ ਇੱਧਰਲੇ ਤਰਫ ਆ ਇਹ ਵੀ ਰੌਕ ਸ਼ਹਿਰ ਆ, ਅਤੇ ਇੱਧਰ ਵੀ। ਅਤੇ ਹੁਣ ਆਪਣਾ ਅਗਲਾ ਪੁਆਇੰਟ ਹੈਗਾ ਆ ਟ੍ਰੇਨ ਸਟੇਸ਼ਨ ਲੱਭਣਾ ਆ, ਕਿਉਂਕਿ ਟ੍ਰੇਨ ਫੜਨੀ ਆ ਵਾਪਸ ਡਬਲਿਨ ਲਈ। ਅਤੇ ਉਹ ਤਾਂ ਪਹਿਲਾਂ ਕਰਾਂਗੇ ਲੰਚ, ਕਿਉਂਕਿ ਲੰਚ ਵੀ ਨਹੀਂ ਕੀਤਾ ਹੈਗਾ। ਉਹ ਗੋਰੇ ਨੇ ਨਾ ਇੱਥੇ ਬ੍ਰੈਡ ਸਿੱਟੇ, ਅਤੇ ਸਾਰੇ ਹੀ ਪੰਛੀ ਇਕੱਠੇ ਹੋ ਗਏ ਇੱਧਰ। ਸੇਵਾ ਕਰਨ ਵਾਲੇ ਵੀ ਬਹੁਤ ਆ, ਦਾਨ ਪੁੰਨ ਕਰਨ ਵਾਲੇ ਵੀ ਬਹੁਤ ਆ, ਅਤੇ ਲੋਕਾਂ ਦੀਆਂ ਜੇਬਾਂ ਕੱਟਣ ਵਾਲੇ ਵੀ ਬਹੁਤ ਆ। ਦੁਨੀਆ ਕਈ ਰੰਗਾਂ ਦੀ ਆ ਬਾਈ। ਹਾਂਜੀ, ਪੌਣਾ ਇੱਕ ਹੋ ਗਿਆ 12:45, ਅਤੇ ਮੈਂ ਪਹੁੰਚ ਗਿਆ ਹੈਗਾ ਟ੍ਰੇਨ ਸਟੇਸ਼ਨ ਦੇ ਕੋਲ। ਸਿਟੀ ਘੁੰਮ ਲਈ ਹੈ, ਅਤੇ ਹੁਣ ਆਪਾਂ ਚੱਲਿਆ ਵਾਪਸ ਡਬਲਿਨ ਨੂੰ, ਅਤੇ ਲੈਣੀ ਆ ਟਿਕਟ ਇੱਥੋਂ, ਅਤੇ ਅਪਰੋਕਸੀਮੇਟਲੀ ਮੇਰੇ ਖਿਆਲ 'ਚ 48 ਜਾਂ 50 ਯੂਰੋ ਦੀ ਟਿਕਟ ਹੋਣੀ ਆ। ਅਤੇ ਕੰਟਰੀ ਸਾਈਡ ਦੇਖਦੇ ਜਾਵਾਂਗੇ, ਕਿਉਂਕਿ ਟਾਈਮ ਨਾਲ ਹੀ ਚੱਲੀਏ। ਚੱਕਰ ਇਹ ਆ ਨਾ, ਜੇ ਜ਼ਿਆਦਾ ਹਨੇਰਾ ਕਰਿਆ ਤਾਂ ਫਿਰ ਦੇਖਣਾ ਕੱਖ ਨਹੀਂ। ਅਤੇ ਇਸ ਕਰਕੇ ਮੈਨੂੰ ਲੱਗਦਾ ਆ ਵੀ ਟ੍ਰੇਨ ਲੱਗੀ ਉਹ ਹੋ ਸਕਦੀ ਆ, ਬਾਕੀ ਪਤਾ ਨਹੀਂ ਕਿਹੜੇ ਟਾਈਮ ਜਾਣੀ ਆ। ਅਤੇ ਸਾਰੀ ਜਰਨੀ ਅਨਪਲੈਨ ਸੀ, ਕੁਛ ਵੀ ਨਹੀਂ ਪਲੈਨ ਕੀਤਾ ਵਾ ਹੈਗਾ ਸੀਗਾ। ਅੱਜ ਰਾਤੀ ਦੇਖਿਆ, ਸਵੇਰੇ ਪਲੈਨ ਕੀਤਾ ਕਿ ਸਵੇਰ ਨੂੰ ਜਾਣਾ ਆ ਕੋਰਕ, ਅਤੇ ਜੇ ਪਹਿਲਾਂ ਪਲੈਨ ਹੋਵੇ ਫਿਰ ਬੰਦਾ ਕਹਿੰਦਾ ਆਹ ਦੇਖਣਾ, ਕੁਛ ਨਹੀਂ, ਅਤੇ ਬਸ ਸਿਟੀ ਨੂੰ ਐਕਸਪਲੋਰ ਕੀਤਾ, ਦੇਖਿਆ ਵੀ ਕਿਆ ਹੈ ਕਿਆ ਨਹੀਂ, ਚਰਚ ਵਗੈਰਾ ਦੇਖੇ, ਹੋਰ ਤਾਂ ਖਾਸ ਨਹੀਂ। ਆਹ ਹੈਗੀ ਆ 1:25 'ਤੇ ਟ੍ਰੇਨ ਆ ਔਨ ਟਾਈਮ, ਅਤੇ ਪਲੇਟਫਾਰਮ 4 ਤੋਂ ਮਿਲਣੀ ਆ। ਕਿਤੇ ਆਹੀ ਗੱਲ ਲੱਗੀ ਹੋਵੇ ਜਿਹੜੀ ਹੈਗੀ ਆ ਕੋਰਕ ਕੈਂਟ ਟ੍ਰੇਨ ਸਟੇਸ਼ਨ। ਆਪਾਂ ਲੈਣੀ ਹੈਗੀ ਆ ਟਿਕਟ। ਹਾਏ, ਆਹ ਨਹੀਂ, ਟਿਕਟ ਫੋਰ ਡਬਲਿਨ। ਯੈਸ, ਥੈਂਕ ਯੂ। ਇਹ ਤਾਂ ਟਿਕਟ ਆਫ ਸੈਨੀਕ ਹੋ ਰਹੇ ਸੀਗਾ ਦਫ਼ਤਰ, ਅਤੇ ਇੱਕ ਤਾਂ ਸਾਲਾ ਮੈਂ ਪੁਲ ਪੁਸ਼ ਦੇ ਵਿੱਚ ਮੈਂ ਫਸਿਆ ਰਹਿੰਦਾ, ਇਹ ਬਹੁਤ ਮੈਨੂੰ ਕਨਫਿਊਜ਼ ਕਰਦੇ ਪੁਲ ਅਤੇ ਪੁਸ਼। ਟਿਕਟ ਸੈਂਟਰ ਤੋਂ ਆਪਾਂ ਲੈਣੀ ਹੈ ਟਿਕਟ ਹੁਣ ਡਬਲਿਨ ਲਈ। ਇੱਧਰ ਗਿਆ ਟਿਕਟ ਸੈਂਟਰ, ਆਹ ਹੋਇਆ ਜੀ ਟਿਕਟ ਇਨਫੋਰਮੇਸ਼ਨ, ਇੱਥੋਂ ਆਪਾਂ ਲੈਣੀ ਹੈ ਟਿਕਟ। ਹਾਏ, ਦਿਸ ਇਜ਼ ਵਨ ਟਿਕਟ ਟੂ ਡਬਲਿਨ। One way, yeah. Adult? Student? Oh, no, just adult, just traveler. It's cheaper on our website.
Cheap on the website? Yeah, it's 33 on Irish Rail's website. It's 47 here. Okay, so yes. Do you want to book it on the website? Yeah. Yeah, you can book it. The next train leaves at 1:25. Yeah. You need to make your booking for the 2:25 train. But it's a flexible ticket. Yeah. You can use it for the 1:25 train. Okay. ਤੇ ਚੱਕਰ ਇਹ ਪੈ ਗਿਆ ਮੈਂ ਹੁਣ ਇੱਥੋਂ ਜਾਣਾ ਡਬਲਿਨ ਨੂੰ ਤੇ ਜਦੋਂ ਮੈਂ ਕਾਊਂਟਰ ਤੇ ਟਿਕਟ ਲੈਣ ਗਿਆ ਤਾਂ ਟਿਕਟ ਸੀਗੀ ਮਹਿੰਗੀ ਉਹਨੇ ਮੈਨੂੰ ਗਾਈਡ ਕੀਤਾ ਕਹਿੰਦੀ ਤੂੰ ਆਨਲਾਈਨ ਬੁੱਕ ਕਰ ਲਾ ਮੇਰੇ ਕੋਲ ਮੇਰੇ ਵਾਈਫਾਈ ਹੈ ਨਹੀਂਗਾ ਤੇ ਮੈਂ ਇਹਦਾ ਕੈਫਾ ਜਿਹੜਾ AMT ਹੈ ਇਹਦਾ ਕੈਫੇ ਦਾ ਵਾਈਫਾਈ ਮੈਂ ਯੂਜ਼ ਕੀਤਾ ਤੇ ਹੁਣ ਮੈਂ ਆਨਲਾਈਨ ਟਿਕਟ ਬੁੱਕ ਕਰਨ ਲੱਗਾ ਆਪਾਂ ਨਾ ਹੁਣ ਟਿਕਟ ਕਰ ਲਈ ਆ ਬੁੱਕ ਆਪਣਾ ਕਾਰਡ ਯੂਜ਼ ਕਰਕੇ ਮੈਂ ਨਹੀਂ ਸਕਾ ਮੈਂ ਕਿਹਾ ਉਹ ਸ਼ਾਇਦ OTP ਸੈਂਡ ਕਰਨ ਉਹਨੇ ਕੋਈ OTP ਸੈਂਡ ਨਹੀਂ ਕੀਤਾ ਹੈਗਾ ਹੁਣ ਆਪਾਂ ਟਿਕਟ ਕਲੈਕਟ ਕਰਨੀ ਆ ਇਹ ਟਿਕਟ ਪਈ ਮੈਨੂੰ ਸਾਰੀ 33 ਯੂਰੋ ਦੀ ਉੱਦਾਂ 45 ਯੂਰੋ 50 ਯੂਰੋ ਇੱਦਾਂ ਸਕਾ ਅਤੇ ਆਨਲਾਈਨ ਸਸਤੀ ਹੈ ਅਤੇ ਉਹਨੇ ਮੈਨੂੰ ਗਾਈਡ ਕੀਤਾ ਅਤੇ ਹੁਣ ਆਪਾਂ ਉਹਨੂੰ ਜਾ ਕੇ ਮਿਲਦੇ ਹਾਂ ਕਹਿੰਦਾ ਕਿਆ ਪ੍ਰੋਸੈਸ ਹੈ ਮੈਂ ਚੱਲਿਆ ਹੈਗਾ ਹੁਣ ਕਾਊਂਟਰ 'ਤੇ ਅਤੇ ਜਿਹੜੀ ਆਨਲਾਈਨ ਬੁਕਿੰਗ ਕੀਤੀ ਉਹਨੂੰ ਦਿਖਾ ਕੇ ਅਤੇ ਫਿਰ ਆਪਾਂ ਜੰਪ ਕਰਦੇ ਹਾਂ ਟ੍ਰੇਨ ਦੇ ਉੱਪਰ ਹੈਲੋ Type the number to the machine and your ticket will come out and bring it to me. Oh, cheers. Thank you. ਇਹ ਕਹਿੰਦੀ ਜਿਹੜੀ ਟਿਕਟ ਦਾ ਨੰਬਰ ਆ ਨਾ ਇਹ ਮਸ਼ੀਨ 'ਤੇ ਟੈਪ ਕਰਕੇ ਅਤੇ ਟਿਕਟ ਮੇਰੇ ਕੋਲ ਲੈ ਕੇ ਆਏ ਆਪਸ਼ਨ ਕਲੈਕਟ ਯੂਅਰ ਪ੍ਰੀ ਟਿਕਟ ਇਨਪੁੱਟ ਦਾ ਰਿਜ਼ਰਵੇਸ਼ਨ ਨੰਬਰ ਲਓ ਜੀ ਟਿਕਟ ਆ ਗਈ ਆ ਪ੍ਰਿੰਟ ਹੋ ਕੇ ਕਿਆ ਬਾਤਾਂ ਟੈਕਨੋਲੋਜੀ ਦੀਆਂ ਅਤੇ ਹੁਣ ਦੇਖੋ ਵੀ ਕਿਆ ਅਗਲਾ ਸਿਸਟਮ ਥੈਂਕ ਯੂ ਵੈਰੀ ਮੱਚ ਟਿਕਟ ਹੋ ਗਈ ਆ ਗਈ ਡਬਲਿਨ ਦੀ ਟ੍ਰੇਨ ਚੱਕਰ ਇਹ ਪੈ ਗਿਆ ਕਿ ਮੈਂ ਨਾ ਟ੍ਰੇਨ ਫੜੀ ਆ ਕੋਕ ਤੋਂ ਅਤੇ ਡਬਲਿਨ ਜਾਣਾ ਅਤੇ ਜਦੋਂ ਮੈਂ ਟ੍ਰੇਨ ਦੀ ਬੁਕਿੰਗ ਕਰਨ ਗਿਆ ਸੀਗਾ ਨਾ ਅਤੇ ਜਿਹੜੀ ਔਨ ਕਾਊਂਟਰ ਟ੍ਰੇਨ ਟਿਕਟ ਸੀਗੀ ਉਹ ਬਹੁਤ ਮਹਿੰਗੀ ਸੀਗੀ ਉਹ ਸੀਗੀ 40-45 ਯੂਰੋ ਦੀ ਅਤੇ ਫਿਰ ਮੈਨੂੰ ਉਹ ਜਿਹੜੀ ਇੱਥੇ ਸੀਗੀ ਨਾ ਟਿਕਟਾਂ ਕੱਢਦੀ ਟ੍ਰੇਨ ਕਾਊਂਟਰ 'ਤੇ ਅਤੇ ਉਹ ਕਹਿੰਦੀ ਵੀ ਤੂੰ ਔਨਲਾਈਨ ਲੈ ਲਾ ਟਿਕਟ ਉਹ ਸਸਤੀ ਮਿਲਦੀ ਹੈ ਅਤੇ ਮੈਂ ਫਿਰ ਔਨਲਾਈਨ ਬੁੱਕ ਕਰ ਲਈ ਜਿਹੜੀ ਔਨਲਾਈਨ ਬੁੱਕ ਕੀਤੀ ਸੀਗੀ ਉਹਦਾ ਟਾਈਮ ਸੀਗਾ 2:25 ਦਾ ਅਤੇ ਆਪਣੀ ਸੀਟ ਮੈਂ ਰਿਜ਼ਰਵ ਕਰ ਲਈ ਸੀਗੀ ਅਤੇ ਜੇ 2:25 ਦਾ ਸੀਗਾ ਅਤੇ ਫਿਰ ਉਹਨੇ ਮੈਨੂੰ ਕਿਆ ਕੀਤਾ ਕਹਿੰਦੀ ਤੂੰ ਇੱਕ ਵੀਹ ਵਾਲੀ ਟ੍ਰੇਨ ਉਹਦੇ 'ਤੇ ਮੈਨੂੰ ਕਹਿੰਦੀ ਇਹੀ ਯੂਜ਼ ਕਰਦਾ ਉਹਨੇ ਉਹਦੇ 'ਤੇ ਹੁਣ ਜਿਹੜੀ ਮੇਰੀ ਟਿਕਟ ਦੀ ਬੁਕਿੰਗ ਸੀਗੀ ਨਾ ਟ੍ਰੇਨ ਦੀ ਸੀਟ ਦੀ ਉਹ ਅਗਲੀ ਟ੍ਰੇਨ ਦੀ ਸੀਗੀ ਅਤੇ ਹੁਣ ਮੈਂ ਇੱਦਾਂ ਰੈਂਡਮ ਸੀਟਾਂ 'ਤੇ ਬੈਠਾ ਪਹਿਲਾਂ ਮੈਂ ਉੱਧਰ ਬੈਠਾ ਸੀਗਾ ਅਤੇ ਹੁਣ ਮੈਂ ਇੱਥੇ ਬਹਿ ਗਿਆ ਹਾਂ ਅਤੇ ਇਹ ਸਟੋਰੀ ਆ ਬਾਕੀ ਵਿਊ ਵਧੀਆ ਆ ਹਾਂਜੀ ਪਹੁੰਚ ਗਏ ਜੀ ਵਾਪਸ ਡਬਲਿਨ ਅਤੇ ਤਕਰੀਬਨ ਹਾਂਜੀ 1 ਵਜੇ ਉੱਥੋਂ ਚੱਲੇ ਸਕੇ ਅਤੇ 4 ਵਜੇ ਪਹੁੰਚ ਗਏ ਹਾਂ ਇਹ ਹੈਗੀ ਆ ਆਇਰਿਸ਼ ਰੇਲ ਆਇਰਲੈਂਡ ਦੀ ਰੇਲ ਦੀ ਯਾਤਰਾ ਕਰਕੇ ਵੀ ਦੇਖ ਲਈ ਆ ਅਤੇ ਸਵੇਰੇ ਮੈਂ ਬੱਸ ਦੇ ਵਿੱਚ ਗਿਆ ਸੀਗਾ ਅਤੇ ਵਾਪਸ ਆਇਆ ਹੈਗਾ ਮੈਂ ਆ ਟ੍ਰੇਨ ਦੇ ਵਿੱਚ ਜਾਣ ਵੇਲੇ ਲੱਗੀ ਸੀਗੀ 20 ਯੂਰੋ ਦੀ ਟਿਕਟ ਅਤੇ ਆਉਣ ਵੇਲੇ ਲੱਗੀ ਆ 33 ਯੂਰੋ 32-33 ਯੂਰੋ ਦੀ ਅਤੇ ਦੋਨੋਂ ਜਰਨੀਆਂ ਦਾ ਐਕਸਪੀਰੀਅੰਸ ਕਰਕੇ ਦੇਖ ਲਿਆ ਅਤੇ ਕੰਟਰੀ ਸਾਈਡ ਦੇਖ ਕੇ ਦੇਖ ਲਈ ਸਵੇਰੇ ਤਕਰੀਬਨ 3 ਕੁ ਘੰਟੇ ਲੱਗੇ ਆ 6:30 ਤੁਰਿਆ ਸੀਗਾ ਅਤੇ 9:30 ਉੱਥੇ ਪਹੁੰਚਿਆ ਸੀਗਾ ਕੌਰ ਅਤੇ ਹੁਣ ਵੀ 1 ਵਜੇ ਉੱਧਰੋਂ ਤੁਰਿਆ ਸੀਗਾ ਅਤੇ 4 ਵੱਜ ਗਏ ਆ ਉਹੀ 6-6.5 ਘੰਟੇ ਲੱਗ ਗਏ ਟੋਟਲ ਜਰਨੀ ਦੇ ਵਿੱਚ ਅਤੇ ਐਕਸਪੀਰੀਅੰਸ ਕੁੱਲ ਮਿਲਾ ਕੇ ਵਧੀਆ ਸੀਗਾ ਵੱਖਰੀ ਸਿਟੀ ਦੇਖ ਲਈ ਆ ਅਤੇ ਅੱਜ ਦਾ ਪਲੈਨ ਇਹ ਆ ਵੈਸੇ ਤਾਂ ਮੈਂ ਥੱਕ ਗਿਆ ਕਾਫੀ ਹੁਣ ਤਾਂ ਅਤੇ ਹੁਣ ਵਾਪਸ ਜਾਣਾ ਆ ਆਪਣੇ ਹੋਸਟਲ ਦੇ ਵਿੱਚ ਅਤੇ ਉੱਥੇ ਰੱਖ ਕੇ ਆਪਣਾ ਬੈਗ ਫਿਰ ਡਿਨਰ ਕਰਕੇ ਅਰਲੀ ਸੌਂ ਜਾਣਾ ਇਹ ਡਬਲਿਨ ਦਾ ਮੇਨ ਟ੍ਰੇਨ ਸਟੇਸ਼ਨ ਆ ਇੱਥੋਂ ਇਹ ਲੌਂਗ ਰੂਟ ਦੀਆਂ ਜਿੰਨੀਆਂ ਵੀ ਟ੍ਰੇਨਾਂ ਆ ਜਿਹੜੀਆਂ ਹਾਈ ਸਪੀਡ ਟ੍ਰੇਨਾਂ ਉਹ ਇੱਥੋਂ ਹੀ ਚੱਲਦੀਆਂ ਹੋਸਟਨ ਦਾ ਟ੍ਰੇਨ ਸਟੇਸ਼ਨ ਦਾ ਨਾਂ ਹੈ ਹੋਸਟਨ ਆ ਅਤੇ ਡਬਲਿਨ ਦੇ ਵਿੱਚ ਇਹ ਮੇਨ ਟ੍ਰੇਨ ਸਟੇਸ਼ਨ ਆ ਔਰ ਟ੍ਰੇਨ ਦੇਖ ਕੇ ਤਾਂ ਭਰੀ ਜਾਂਦੀ ਆ ਕਿਆ ਪਤਾ ਹੰਸ ਦੀਆਂ ਇਹ ਕਹਿੰਦੇ ਮੋਤੀ ਚੁਗਦੇ ਹੁੰਦੇ ਆ
ਸਾਰਾ ਮੋਤੀ ਲੱਭਦਾ ਉਹਦਾ ਦੇਖੀ ਬਰਾ ਕੈਮਰਾ ਨਾ ਜਿਹੜੇ ਖੋਲ ਗਏ ਕੰਮ ਉਹ ਕਾਲੇ ਧੋਣ ਥੱਲੇ ਨੂੰ ਲੱਭ ਗਿਆ ਉਹ ਮੋਤੀ